ਸੈਕਿੰਡ ਸਾਮ ਦੇ ਵਿੱਚ ਨਾ ਉਹਨਾਂ ਨੇ ਸਾਨੂੰ ਇੱਕ ਪਿਕਚਰ ਬਣਾ ਕੇ ਦੱਸੀ ਹੋਈ ਆ ਡਾਇਗਰਾਮ ਬਣੀ ਹੋਈ ਆ ਜਿਹੜਾ ਇਹ ਬਾਹਰ ਵਾਲੀ ਪਿਕਚਰ ਹੈਗੀ ਆ ਇਹ ਸਕੁਅਰ ਟਾਈਪ ਆ ਸਕੁਅਰ ਟਾਈਪ ਇੱਕ ਪਲਾਟ ਖਰੀਦਿਆ ਗਿਆ ਮਿਸਿਸ ਕੌਸ਼ਿਕ ਦੁਆਰਾ ਤੇ ਉਹਨਾਂ ਨੇ ਕੀ ਕੀਤਾ ਕਿ ਉਸ ਪਲਾਟ ਦੇ ਅੰਦਰ ਆਪਣਾ ਰੈਕਟੈਂਗਲ ਟਾਈਪ ਇੱਕ ਹਾਊਸ ਜਿਹੜਾ ਬਣਾਇਆ ਠੀਕ ਹੈ ਸੋ ਇਹ ਜਿਹੜਾ ਅੰਦਰ ਵਾਲਾ ਹੈਗਾ ਪਲਾਟ ਇਹ ਹਾਊਸ ਆ ਤੇ ਉਹਨਾਂ ਨੇ ਕਿਹਾ ਆ ਕਿ ਇਹ ਗਾਰਡਨ ਇਜ਼ ਡਿਵਲਪਡ ਅਰਾਊਂਡ ਦਾ ਹਾਊਸ ਹਾਊਸ ਦੇ ਆਲੇ ਦੁਆਲੇ ਨਾ ਗਾਰਡਨ ਬਣਾਇਆ ਗਿਆ ਇੱਥੇ ਇੱਕ ਜੀ ਠੀਕ ਆ ਪਲਾਟ ਦੇ ਅੰਦਰ ਅੰਦਰ ਤੇ ਕਹਿੰਦੇ ਉਹ ਗਾਰਡਨ ਦੇ ਕੋਸਟ ਕਿੰਨਾ ਲੱਗਾ ਉਹਨੂੰ ਗਾਰਡਨ ਨੂੰ ਡਿਵੈਲਪਿੰਗ ਕਰਨ ਦੇ ਵਿੱਚ ਰੁਪੀਸ 55 ਪਰ ਮੀਟਰ ਦੇ ਹਿਸਾਬ ਨਾਲ ਦਿੱਤੇ ਹੋਏ ਆ ਪਰ ਸਭ ਤੋਂ ਪਹਿਲਾਂ ਸਾਨੂੰ ਗਾਰਡਨ ਦਾ ਏਰੀਆ ਪਤਾ ਹੋਊਗਾ ਤੇ ਫੇਰ ਹੀ ਅਸੀਂ ਕੋਸਟ ਪਤਾ ਕਰ ਸਕਦੇ ਆ ਅਸੀਂ ਕੀ ਕਰਾਂਗੇ ਕਿ ਪੂਰੇ ਪਲਾਟ ਦੇ ਏਰੀਆ ਦੇ ਵਿੱਚੋਂ ਨਾ ਹਾਊਸ ਵਾਲਾ ਏਰੀਆ ਜੇ ਆਪਾਂ ਘਟਾ ਦਈਏ ਬਾਹਰ ਕੱਢ ਦਈਏ ਤੇ ਸਾਡੇ ਕੋਲ ਇੰਨਾ ਏਰੀਆ ਆ ਜਾਊਗਾ ਨਾ ਗਾਰਡਨ ਦਾ ਉਹਦੇ ਵਾਸਤੇ ਸਾਈਡ ਆਫ ਸਕੁਅਰ ਹਨ ਤੇ ਸਾਈਡ ਆਫ ਸਕੁਅਰ ਸਾਨੂੰ ਉਹਨਾਂ ਨੇ 기ਵਨ ਦਿੱਤੀ ਹੋਈ ਆ 25 ਮੀਟਰ ਏਰੀਆ ਆਫ ਸਕੁਅਰ ਸਾਈਡ ਮਲਟੀਪਲਾਈ ਸਾਈਡ ਫਾਰਮੂਲਾ ਹੁੰਦਾ 25 ਨੂੰ 25 ਨਾਲ ਮਲਟੀਪਲਾਈ ਕਰ ਦਿੱਤਾ 625 ਮੀਟਰ ਸਕੇਅਰ ਏਰੀਆ ਆ ਗਿਆ ਸਕੁਅਰ ਦਾ ਹੁਣ ਅਸੀਂ ਰੈਕਟੈਂਗਲ ਜਿਹੜਾ ਹਾਊਸ ਆ ਰੈਕਟੈਂਗਲ ਦੀ ਸ਼ੇਪ ਵਿੱਚ ਹੈ ਲੈਂਥ ਆਫ ਹਾਊਸ ਹਨ ਦਿੱਤੀ ਹੋਈ ਆ 20 ਮੀਟਰ ਬ੍ਰੈਥ ਆਫ ਹਾਊਸ 15 ਮੀਟਰ ਏਰੀਆ ਆਫ ਹਾਊਸ ਰੈਕਟੈਂਗਲ ਦੀ ਸ਼ੇਪ ਵਿੱਚ ਆ ਇਸ ਕਰਕੇ ਫਾਰਮੂਲਾ ਲੈਂਥ ਮਲਟੀਪਲਾਈ ਬ੍ਰੈਥ ਲੈਂਥ ਹੈਗਾ 20 ਬ੍ਰੈਥ ਹੈਗੀ 15 ਇਹ ਆਏਗਾ 300 ਮੀਟਰ ਸਕੇਅਰ ਸੋ ਸਾਡੇ ਕੋਲ ਹਾਊਸ ਤੇ ਰੈਕਟੈਂਗਲ ਦੋਵਾਂ ਦਾ ਆ ਚੁੱਕਿਆ ਅਸੀਂ ਏਰੀਆ ਪਤਾ ਕਰਨਾ ਗਾਰਡਨ ਦਾ ਬਾਹਰ ਵਾਲਾ 플ੌਟ ਜਿਹੜਾ ਕਿ ਸਕੁਅਰ ਟਾਈਪ ਸੀਗਾ ਏਰੀਆ ਆਫ 플ੌਟ ਦੇ ਵਿੱਚੋਂ ਮਾਈਨਸ ਏਰੀਆ ਆਫ ਹਾਊਸ ਕਰ ਦਵਾਂਗੇ ਤੇ 플ੌਟ ਦਾ ਜਿਹੜਾ ਏਰੀਆ ਉਹ 625 ਆ ਉਦੇ ਵਿੱਚ 300 ਆਪਾਂ ਮਾਈਨਸ ਕਰ ਦਵਾਂਗੇ 325 325 ਮੀਟਰ ਸਕੇਅਰ ਏਰੀਆ ਆ ਗਿਆ ਸੋ ਹੁਣ ਨੇ ਸੀ ਕੋਸਟ ਪਤਾ ਕਰਨੀ ਆ ਕੋਸਟ ਆਫ ਡਿਵੈਲਪਿੰਗ ਦਾ ਗਾਰਡਨ ਐਟ ਦਾ ਰੇਟ ਵੀ ਦੱਸਿਆ ਹੋਇਆ ਪਰ ਮੀਟਰ ਦੇ ਹਿਸਾਬ ਨਾਲ ਕਿ ਮੀਟ ਪਰ ਮੀਟਰ ਸਕੇਅਰ ਦੇ ਵਿੱਚ ਜਿਹੜਾ ਹੈਗਾ 55 ਰੁਪਏ ਲੱਗਦੇ ਪਏ ਤੇ ਪੂਰੇ ਏਰੀਆ ਨੂੰ ਕਿੰਨੇ ਲੱਗਣਗੇ 325 ਨੂੰ 55 ਨਾਲ ਅਸੀਂ ਮਲਟੀਪਲਾਈ ਕਰ ਲਵਾਂਗੇ ਰੁਪੀਏ